الہانی کیا تھا وعدہ یہ سیدا سے، ایک قوم خلق ہوگی زہرا تیری دعا سے، ثابت کرو وہ تم ہو اس گریا بکا سے، حضرت ولی عصر علیہ السلام نے ظہور دیتا
تعجیل واسطے صلوات گاؤں سے میں تو با وسکر
جنہ ترجمہ کرے گا ہوں گا توبہ آدم جنت کو سکر آدم جہنم قاسم آدم ونڈر آلے گا میرا ولی امام جڑا اپنے دشمن نو جہنم تے منڈر بڑا فرمائیں گے پیا بعد کے لوگوں کی زندگی کرے
ਸਰਦੀਨ ਦੀਆਂ ਰੀੜ ਦੀਆਂ ਹੱਡੀਆਂ ਜਿਨ੍ਹਾਂ ਦੀ ਵਜ੍ਹਾ ਤੋਂ ਫੇਰ ਸਾਰੇ ਬੰਦਿਆਂ ਨੂੰ ਹੌਸ ਲਿਆ ਖੁਦਾ ਦੀ ਜ਼ਾਤ ਨਾਲ ਸਿਹਤ ਸਲਾਮਤ ਦੇਵੇ ਤੁਸਾਂ ਲੋਕਾਂ ਨੂੰ ਬਿਮਾਰੀ ਜ਼ਿੰਦਗੀ ਅਸੀਅਤ ਦੇਵੇ ਜਿਹੜੇ ਬਹੁਤ ਅੱਛੇ ਮੇਜ਼ਬਾਨ ਸਾਬਤ ਹੋਏ ਹੋ ਇਹ ਖੁਦਾ ਦਾ ਦੀਨ ਬਾਕੀ ਹੈ ਔਰ ਬਾਕੀ ਰਹਿਣਾ ਹੈ ਇਹ ਅਮਾਨਤ ਇਮਾਮ ਜ਼ਮਾਨਾ ਦੇ ਸਪੁਰਦ ਹੋਣੀ ਹੈ ਬਸ ਇਮਾਮ ਜਾਣੇ ਤੇ ਕਲਮਾ ਪੜਾ ਲਾਵੇ ਜਾਣੇ ਕਿਉਂਕਿ ਆਖਰੀ ਇਮਾਮ ਕੋਲ ਰਿਆਇਤੀ ਨੰਬਰ ਕੋਈ ਨਹੀਂ ਹੋਣਾ ਹੈ ਪਹਿਲੇ ਪੈਗੰਬਰ ਖੁਦਾ ਕੋਲ ਵੀ ਰਿਆਇਤੀ ਨੰਬਰ ਆ ਤੇ ਬਾਕੀ ਯਾਰਾਂ ਇਮਾਮਾਂ ਕੋਲ ਵੀ ਰਿਆਇਤੀ ਨੰਬਰ ਹੈ ਬਾਰਵੀਂ ਕੋਲ ਅਸਲ ਦਾਤੇ ਦੇ ਜ਼ੁਲਫਕਾਰ ਦਾ ਟਿਕਾ ਇਸਤੇਮਾਲ ਕਰੇ ਬੁਲਾਇਆ ਵੈਸੀ ਮੈਨੂੰ ਨਹੀਂ ਪਤਾ ਤੇ ਖੁਸ਼ ਵਖਤਾਂ ਨੂੰ
ਆਪਣੇ ਪਾਕ ਮਾਸੂਮ ਇਮਾਮ ਨਾਲ ਬੁਲਾਇਆ ਹੈ। ਇਸ ਗੱਲ ਨੂੰ ਮੈਂ ਮਜ਼ਬੂਤ ਥੋੜ੍ਹੀ ਬਾਅਦ ਚੱਕਰਾਂ। ਹੁਸ਼ਿਆਰ ਬੰਦਾ ਆਪਣੇ ਇਮਾਮ ਦੇ ਰੱਲੇ, ਯਾਨੀ ਜਿਸ ਨੂੰ ਦੁਨੀਆਂ 'ਚ ਇਮਾਮ ਬਣਨਾ ਸੀ, ਕਬਰ ਤੋਂ ਉਸੇ ਇਮਾਮ ਦੇ ਰੱਲੇ ਉੱਠੀ ਸੀ। ਯੌਮਾ ਲਤੁ ਕੁਰਾਨ ਦੀ ਆਇਤ ਹੈ, ਰਿਵਾਇਤ ਹੈ, ਕੁੱਲਾ ਉਨਾਸਿਨ, ਹਰ ਬੰਦਾ ਆਪਣੇ ਇਮਾਮ ਦੇ ਰੱਲੇ ਉੱਠੀ ਸੀ। ਮੇਰਾ ਅੱਲਾ ਇਨ ਸਾਰੇ ਲਾ ਇਲਾਹ ਇਲਾ ਮੁਹੰਮਦ ਰਸੂਲੁਲਾ ਪੜਨ ਵਾਲੇ, ਇਹ ਇਮਾਮ ਦੇ ਨਾਮ ਤੂੰ ਕਿਉਂ ਉਠੈ ਸੇ? ਯਕੀਨਨ ਜਵਾਬ ਦਈ ਆਪਣੇ, ਜੋ ਅਗਰ ਨਬੀ ਦੇ ਨਾਮ ਤੋਂ ਉਠੈਦਾ ਤੇ 73 ਤੇ 73 ਉੱਠੀ ਖੜ ਸੇ। ਅਗਰ ਇਮਾਮ ਜੰਨਤ ਵਿੱਚ ਵੱਜਣ ਦੇ ਕਾਬਿਲ ਹੋਇਆ ਤੇ ਮੰਨਣ ਵਾਲਾ ਤੇ ਗੌਰ ਕੀਤਾ ਵੈਸੀ, ਅਗਰ ਇਮਾਮ ਹੀ ਫਾਰੇ ਹੋਇਆ ਜਿਹੜੇ ਪਾਸੇ ਇਮਾਮ ਸਾਹਿਬ ਉਦਾ ਹੀ ਮੰਨਣ ਵਾਲਾ ਹਜ਼ੂਰ ਸਹਿ, ਇਹੋ ਵਜ੍ਹਾ ਜੋ ਕੁਰਾਨ ਆਦਾ ਪੇ ਮਾਸ਼ਰ ਦਾ ਨਹੀਂ ਹੋ ਸੀ। ਕੁਝ ਇਮਾਮ ਆਪਣੇ ਮੰਨਣ ਵਾਲਾ ਤੇ ਲਾਨਤ ਕਰੇ ਸਨ ਤੇ ਕੁਝ ਮੰਨਣ ਵਾਲੇ ਆਪਣੇ ਇਮਾਮ ਤੇ ਲਾਨਤ ਕਰੇ ਸਨ। ਗੱਲ ਬੜੀ ਅਜੀਬ ਨਹੀਂ ਹੈ। ਮੰਨਣ ਵਾਲੇ ਇਮਾਮ ਤੇ ਲਾਨਤ ਕਰੇ ਸਨ, ਇਮਾਮ ਮੰਨਣ ਵਾਲਾ ਤੇ ਲਾਨਤ ਕਰੇ ਸੀ। ਵਜ੍ਹਾ, ਮੰਨਣ ਵਾਲੇ ਅਕਸਰ ਹੋਏ ਅੱਲਾਹ ਤੇਰੇ ਤੇ ਲਾਨਤ ਕਰੇ, ਤੂੰ ਜੋ ਇਮਾਮਤ ਦਾ ਅਹਿਲ ਨਾ ਵੇ ਤਾਂ ਇਮਾਮਤ ਦਾ ਦਾਵਾ ਕਰਕੇ ਸਭ ਨੂੰ ਧੋਖਾ ਤੂੰ ਦਿੱਤਈ। ਇਮਾਮ ਆਖਸੀ ਅੱਲਾਹ ਤੁਹਾਡੇ ਤੇ ਡਬਲ ਲਾਨਤ ਕਰੇ, ਤੁਹਾਨੂੰ ਜੋ ਪਤਾ ਇਮਾਮ ਅੱਲਾਹ ਬਣਾਉਂਦੇ, ਤੂੰ ਸਮੇਂ ਕੋ ਬਣਾਇਆ ਕਿਉਂ? ਬਾਕੀ ਕਹਿ ਨੂੰ ਕੁਝ ਨਹੀਂ ਵੀ ਆਦਾ, ਕੋਈ ਇਖਤਿਆਰ ਹੀ ਨਹੀਂ। ਹਰ ਬੰਦਾ ਆਪਣੇ ਸਾਹਮ ਸਮਝ ਦੇ ਮੁਤਾਬਿਕ ਜੋ ਫੈਸਲਾ ਕੀਤੀ ਬੰਦੇ ਉਹ ਨਸੀਬ ਹੋਵੇ। ਕਹਿਤੇ ਤਨਕੀਦ ਕਰਨਾ ਮਕਸਦ ਨਹੀਂ, ਆਪਣੇ ਇਮਾਮ ਦੀ ਤਾਰੀਫ ਕਰਨਾ ਮਕਸਦ ਹੈ। ਮੈਂ ਪੂਰੀ ਦੁਨੀਆ ਦੇ ਇਮਾਮਾਂ ਦੇ ਸਾਹਮਣੇ ਆਪਣੇ ਇਮਾਮ ਦਾ ਤਾਰਫ ਕਰੇਗਾ। ਮੇਰਾ ਪਹਿਲਾ ਇਮਾਮ ਅਲੀ ਸਿਰਫ ਜੰਨਤ ਹੀ ਨਹੀਂ, ਅਬ ਤਕ ਤਸੀਬ ਨਾਰ ਵਲ ਜੰਨਾ। ਮੇਰਾ ਦੂਜਾ ਇਮਾਮ ਹਸਨ ਅਲੈ ਸਲਾਮ, ਮੇਰਾ ਤੀਜਾ ਇਮਾਮ ਹੁਸੈਨ ਅਲੈ ਸਲਾਮ। ਕਹਿਣ ਸ਼ੱਕ ਹੋਵੇ ਤਾਂ ਉੱਠੀ ਖੜੇ। ਸਕੂਨ ਮਾਸੂਸਾਤ ਹੈ ਜੋ ਜੰਨਤ ਜਿਸ ਰਿਆਸਤ ਦਾ ਨਾਂ ਹੈ ਉੱਥੋਂ ਦੇ ਰਈਸ ਹਸਨ ਤੇ ਹੁਸੈਨ। ਇਸ ਵਾਸਤੇ ਮੁਤਮੈਨ ਬੈਠਾ ਜੋ ਹਸਨੈਨ ਦੇ ਮੰਨਣ ਵਾਲਾ, ਹਸਨੈਨ ਦੇ ਬਾਬੇ ਦਾ ਸ਼ੀਆ, ਹਸਨੈਨ ਦੇ ਨਾਨੇ ਦਾ ਉਮਤੀ, ਹੁਸੈਨ ਹਸਨੈਨ ਦੀ ਪਾਕ ਅੰਮਾ ਦਾ ਨੌਕਰ ਸਦਵਾ ਮਰਵਾਲਾ, ਕਮ ਅਸ ਕਮ ਇਹ ਤਾਂ ਇਤਮੀਨਾਨ ਹੈ ਨਾ। ਇਤਨੇ ਮਕਾਬ ਹੋ ਗਏ ਤਰੇ। ਚੌਥਾ ਸਹੀ ਫਰਮੇਨ ਦੇ ਮਾਸ਼ਰ ਦਾ ਮੈਦਾਨ ਹੋ ਸੀ, ਗਰਮੀ ਢੇਰ ਹੋ ਸੀ ਤੇ ਗਰਮੀ ਵਿੱਚ ਤਰੇ ਵੀ ਲੱਗਦੀ ਏ, ਵਾਟਰ ਸਪਲਾਈ ਕੋਈ ਨਾ ਹੋ ਸੀ, ਮਿਨਰਲ ਵਾਟਰ ਦੀਆਂ ਬੋਤਲਾਂ ਨਾ ਮਿਲ ਸਨ, ਟੂਟੀਆਂ ਖੁਸ਼ਕ ਹੋ ਗਏ ਸਨ, ਇੱਕੋ ਪਾਣੀ ਦਾ ਜ਼ਖੀਰਾ ਹੈ ਉਹ ਸੀ ਕੌਸਰ। ਯਾ ਅਲੀ ਯਾ ਅਲੀ, ਦੇ ਤੇ ਆ ਕੇ ਦੋ ਚਾਰ ਬੰਦੇ ਹੈ ਜਿਹੜੇ ਉਬਾਸੀਆਂ ਲੈਂਦੇ, ਫਿਰ ਬਾਕੀ ਨਾਲ ਨਾ ਲਾ ਮਿਲੇ। ਇੱਕੋ ਪਾਣੀ ਦਾ ਜ਼ਖੀਰਾ ਹੈ ਉਹ ਹੈ ਕੌਸਰ, ਔਰ ਕੌਸਰ ਮਾਸੂਮ ਫਰਮਾਉਂਦੇ ਕੌਸਰ ਪੀਵਣ ਦਾ ਹੱਕਦਾਰ ਸਿਰਫ ਸਾਡਾ ਸ਼ੀਆ ਹੈ। ਲਗਾਵੀ ਜਿਹੜਾ
ਜਿਹੜਾ ਗੌਸਰ ਦਾ ਨਾਮ ਚਾਹੀ ਬੈਠਾ ਉਹ ਤੇਰਾ ਮੇਰਾ ਮੁਰਸ਼ਿਦ ਅਲੀ ਹੁਸਕੀਆ ਚਾਰ ਮਕਾਮਾਂ ਤੇ ਜ਼ਿਆਰਤ ਹੋ ਗਈ ਪੰਜਵਾਂ ਮਕਾਮ ਧੁੱਪ ਢੇਰ ਹੋ ਸੀ ਗਰਮੀ ਢੇਰ ਹੋ ਸੀ ਛਾਂ ਹੋਏ ਨਾ ਹੋ ਸੀ ਹਾਂ ਸਾਡੇ ਪਾਸੇ ਤੇ ਬਲਾ ਕਰਦਾ ਨਾ ਮੁਲਤਾਨ ਸਵਾ ਮੇਲੇ ਤੇ ਸੂਰਜ ਆਇਆ ਆਪਣੇ
ذخیرہ جمع کر مر وندنا واسطے بھی جمع کر بہترین تحفہ دعا بہترین چاہ مصلی بہترین وسیلہ چوڑا لا کربلا دی مٹی تے سر رکھ کے آکھا کر میں ڈالا میں گنہگار ہاں اپنی معافی منگنا میرے گلڑے کیوں ماں ٹر گئے اوکھا بھلے دے رہے اکبر تے قاسم دی میت دے درمیان بہ کے آدھا کھڑا اللہم تقبل منی ہذا قلیل القربان میں اللہ منی اے قربانی قبول فرما تو میں دارے قربان کر شلا اولاد اپنی اولاد دی خوشیاں دیکھو شلا کہنو اولاد درد نہ ملے پتہ نہیں کیا سوچی بیٹھے میرے ذہن وچ ایک لفظ آ گئے جو وڈے بھرا دے دکھ میں نسائی پڑھدا پیا تو اولاد دو موقع تے بہت ڈھیر پیاری لگدی ہے ایک جڑے لے جوانی چڑھ ہوندی ہے دوجی جڑے ویلے بولی نہ بول سکدا ہوئے حسین اللہ دی رضا واسطے دوہے بچنے دتے چڑھدی جوانی علی اکبر دتا بولی نہ بولن والا علی اصغر دیتا بسم اللہ کرو بسم اللہ جی 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 اللہ تیری اولاد دی خوشی بناوے چڑھدی جوانی اللہ علی اکبر دیتا بولی نہ بول سکدا علی اصغر دیتا سر تے عوامہ بدھائے میں اکھا میں سوما پیس بی بی گلے چھوٹی جی تلوار لٹکائیے دو چولے پوا کے انہیں چاہ کیا دی آقا میری قربانی تیار ہے غریب لکھے اصغر اماما ہاشمی دا دستور گل تلوار سپاہی دا اسلحہ اکھاں سرما ماں دی محبت ربا گرمی ڈھیر ڈو چولے کیوں پوائے بھی سنائے میری ادیا بہنا جھولی بنا بی بی ادیا کا تو نے گھر سن دی را دیا کربلا میرے اصغر دا حصہ ہے دل اصغر قدیر لکسی ہے چولے دا کفر پوائی آوے Yeah.
امام عادل ظہور فرما بحق زہرا و امینہ.